ਕਿੰਨੇ ਖੇਤ ਤੁਹਾਡੇ 21 ਖੇਤ ਨੇ ਜੀ ਹਾਂਜੀ ਸਾਡੇ 20 ਹੈ ਜੀ ਸਾਡੇ 20 ਚਲੋ 20 21 ਕੋ ਗੱਲ ਹੈ ਤਾਂ ਇਹ ਤੁਹਾਡੀ ਸ਼ਾਦੀ ਤੁਹਾਡੇ ਕੋਲ ਜ਼ਮੀਨ ਜਾਇਦਾਦ ਵੀ ਬਹੁਤ ਹੈ ਤੁਸੀਂ ਪੜ੍ਹਾਈ ਵੀ ਵਧੀਆ ਪਹਿਲਾਂ ਤੋਂ ਮੈਂ ਤੁਸੀਂ ਆਲਰੇਡੀ ਪਹਿਲਾਂ ਇੱਕ ਦੂਜੇ ਨਾਲ ਪਿਆਰ ਸੀ ਤੁਹਾਡਾ ਹਾਂਜੀ ਹਾਂਜੀ ਜਾਣਦੇ ਸੀਗੇ ਸਰ ਤੁਸੀਂ ਜਿੰਨ ਚੰਗੀ ਤੁਸੀਂ ਫਰੈਂਡ ਸੀਗੇ ਚੰਗੀ ਤਰ੍ਹਾਂ ਮੈਂ ਤੁਸੀਂ ਫਰੈਂਡ ਸੀਗੇ ਅਸੀਂ ਸਰ ਲਗਭਗ ਚੌਣਾਂ ਤੋਂ ਮਨ ਚੌਣਾ ਸੀਗਾ ਕਾਲਾ ਸੀਗਾ ਕਿ ਮੋਹਰੇ ਵੈਜ ਵੀ ਆਣ ਗਏ ਛੇਤੀ ਨਾਲ ਹਾਂਜੀ ਸਰ ਮੇਰੇ ਮੈਨੂੰ ਆਇਆ ਸੀਗਾ ਸਰ ਐਕਚੁਅਲੀ ਹਰੇਕ ਮੁੰਡੇ ਨੂੰ ਚਲੋ ਮੈਨੂੰ ਆਇਆ ਸੀਗਾ ਚਲੋ ਬਹਿ ਜੇ ਹਨਾ ਸਰ ਇਹ ਆਪ ਹੀ ਬਜੁਰ ਹੈਪੀ ਗਏ ਤੋਂ ਮੋਹਰੇ ਗੱਡੀ ਵਿੱਚ ਬੈਠ ਗਈ ਤੇ ਬੈਠ ਕੇ ਸੀਟ ਬੈਲਟ ਲਾਈ ਬੱਚਾ ਮੇਰੇ ਕੋਲੇ ਤੇ ਮੈਂ 6 ਮੰਥ ਪ੍ਰੈਗਨੈਂਟ ਆ ਤੇ ਇਹੀ ਗੱਲ ਨੇ ਇੱਕ ਹੋਰ ਮੁੰਡੇ ਨੂੰ ਵੀ ਕਹੀ ਸੀ ਉਹ ਨਾ ਹੈਗਾ ਨਵਰੂਪ ਸਿੰਘ ਨਹੀਂ ਇਹ ਦਾ ਰਹਿਦਾ ਮੁੰਡਾ ਨਹੀਂ ਹਰਜਿੰਦਰ ਜਦੋਂ ਇਹ ਕੈਨੇਡਾ ਨੇ ਹਰਜਿੰਦਰ ਹਰਜਿੰਦਰ ਜੀ ਸਤਿ ਸ੍ਰੀ ਅਕਾਲ ਹਾਂਜੀ ਸਰ ਉੱਚੀ ਬੋਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਬੇਟਾ ਹਾਂਜੀ ਸਤਿ ਸ੍ਰੀ ਅਕਾਲ ਸਰ ਜੀ ਕਿੰਨੀ ਉਮਰ ਤੁਹਾਡੀ ਹਰਜਿੰਦਰ ਸਰ ਮੇਰੀ 32 ਸਾਲ ਉਮਰ ਆ ਸਰ 32 ਸਾਲ ਮੈਂ ਤੁਹਾਡੀ ਸਟੋਰੀ ਨੂੰ ਪ੍ਰੋਸੀਡ ਕਰਨ ਲੱਗਾ ਮੈਨੂੰ ਆਗਿਆ ਦਿਓ ਟੈਲੀਵਿਜ਼ਨ ਤੇ ਟੈਲੀਕਾਸਟ ਕਰਨ ਲਈ ਰੇਡੀਓ ਤੇ ਵੱਖ ਟੈਕਨੋਲੋਜੀ ਤੇ ਮੈਂ ਇਜਾਜ਼ਤ ਚਾਹੁੰਦਾ ਆਗਿਆ ਚਾਹੁੰਦਾ ਇਹਨੂੰ ਸਰ ਜੀ ਗੋ ਅਹੈਡ ਸਰ ਪਲੀਜ਼ ਹਾਂਜੀ ਸਰ ਪਲੀਜ਼ ਹਰਜਿੰਦਰ ਤੁਸੀਂ ਕਿੰਨਾ ਪੜ੍ਹੇ ਹੋ ਸਰ ਮੈਂ ਬੀਏ ਕੀਤੀ ਹੈ ਸਰ ਓ ਬੋਏ ਕਿੱਥੇ ਕੀਤੀ ਕਿਹੜੇ ਕਾਲਜ ਸਰ ਮੈਂ ਪਹਿਲਾਂ ਸੀ ਰਣਜੀਤ ਸਿੰਘ ਕਾਲਜ ਮਲੋਟ ਫਿਰ ਉਸ ਤੋਂ ਬਾਅਦ ਮੁਕਤਸਰ ਕੀਤੀ ਹੈ ਸਰ ਗਵਰਨਮੈਂਟ ਕਾਲਜ ਚ ਸੈਕੰਡ ਈਅਰ ਤੇ ਫਾਈਨਲ ਹੁਣ ਕੀ ਕਰਦੇ ਹੋ ਸਰ ਹੁਣ ਨਾ ਸਾਡਾ ਆਰਥ ਦਾ ਕੰਮ ਹੈ ਜੀ ਇੱਕ ਸਾਡੇ ਕੋਲ 21 ਕਿੱਲੇ ਜ਼ਮੀਨ ਆ 20 ਕਿੱਲੇ ਹਾਂਜੀ ਸਾਡੇ 20 ਕਿੱਲੇ ਉਹ ਸਰ ਉਸ ਤੋਂ ਬਾਅਦ ਸਾਡਾ ਆਰਥ ਦਾ ਕੰਮ ਹੈ ਮੇਰੇ ਚਾਚਾ ਜੀ ਨਾਲ ਸਾਂਝਾ ਹੁਣ ਅਸੀਂ ਕੱਢ ਲਿਆ ਟਾਈਮ ਪਹਿਲਾਂ ਹਿੱਸਾ ਤੁਸੀਂ ਆੜ੍ਹਤੀਏ ਵੀ ਹੋ ਅਤੇ ਜ਼ਿਮੀਂਦਾਰ ਵੀ ਹੋ ਹਾਂਜੀ ਜ਼ਿਮੀਂਦਾਰ ਵੀ ਹਾਂ ਕਿੰਨੇ ਖੇਤ ਤੁਹਾਡੇ 21 ਖੇਤ ਨੇ ਜੀ ਹਾਂਜੀ ਸਾਡੇ 20 ਆ ਜੀ ਸਾਡੇ 20 ਚਲੋ 20 21 ਕੋ ਗੱਲ ਹੈ ਤਾਂ ਇਹ ਤੁਹਾਡੀ ਸ਼ਾਦੀ ਤੁਹਾਡੇ ਕੋਲ ਜ਼ਮੀਨ ਜਾਇਦਾਦ ਵੀ ਬਹੁਤ ਹੈ ਤੁਸੀਂ ਪੜ੍ਹਾਈ ਵੀ ਵਧੀਆ ਕੀਤੀ ਹੋਈ ਆ ਤੇ ਮੈਂ ਚਾਹੂੰਗਾ ਜਿੱਥੋਂ ਆਪਾਂ ਸਿੱਖਿਆ ਲਈ ਹੁੰਦੀ ਆ ਉਸ ਸਥਾਨ ਦਾ ਨਾਮ ਪੂਰਾ ਲਿਆ ਜਾਵੇ ਤਾਂ ਵਧੀਆ ਲੱਗਦਾਗਾ ਸੋ ਪਲੀਜ਼ ਅੱਗੇ ਤੋਂ ਖਿਆਲ ਰੱਖਣਾ ਹਾਂਜੀ ਸਰ ਮੇਰਾ ਪਿੰਡ ਹੈਗਾ ਜੀ ਮਹਿਮਾ ਸਰਕਾਰੀ ਡਿਸਟ੍ਰਿਕਟ ਬਠਿੰਡਾ ਜੀ ਤਹਿਸੀਲ ਵੀ ਬਠਿੰਡਾ ਸਰ ਐਕਚੁਅਲੀ ਮੈਂ ਨਾ ਮੇਰੇ ਬਰਥ ਤੋਂ ਪਹਿਲਾਂ ਦੇ ਅਸੀਂ ਗਿੱਦੜਵਾ ਰਹਿੰਦੇ ਹਾਂ ਜੀ ਤਹਿਸੀਲ ਗਿੱਦੜਵਾ ਹੀ ਆ ਤੇ ਡਿਸਟ੍ਰਿਕਟ ਹੈਗੀ ਆ ਮੁਕਤਸਰ ਸਾਹਿਬ ਇਹ ਗਿੱਦੜਵਾ ਤਹਿਸੀਲ ਹੈ ਇੱਥੇ ਗਿੱਦੜ ਨੇ ਜਾਂ ਉਂਝ ਨਾਂ ਹੈ ਪਿੰਡ ਦਾ ਹਾਂਜੀ ਗਿੱਦੜਵਾ ਸ਼ਹਿਰ ਆ ਸਰ ਗੁਰਦਾਸ ਮਾਨ ਦਾ ਸ਼ਹਿਰ ਹੈ ਜੀ ਆਏ ਸੀ ਚਲੋ ਹਰ ਤਰ੍ਹਾਂ ਦੇ ਲੋਕ ਹਰ ਸ਼ਹਿਰ ਵਿੱਚ ਰਹਿੰਦੇ ਨੇ ਔਰ ਹਾਂਜੀ ਸੋ ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲ ਤੁਹਾਡੀ ਸ਼ਾਦੀ ਹੋਈ ਜਾਂ ਬਰਬਾਦੀ ਹੋਈ ਪਰ ਬਰਬਾਦੀ ਹੋਈ ਹੈ ਜੀ ਪੂਰੀ ਤਰ੍ਹਾਂ ਨਾਲ ਬਰਬਾਦੀ ਹੋਈ ਹੈ ਜੀ ਓ ਮਾਈ ਗੋਡ ਕਿੰਨੀ ਉਮਰ ਵਿੱਚ ਸ਼ਾਦੀ ਹੋਈ ਤੁਹਾਡੀ ਸਰ ਸ਼ਾਦੀ ਮੇਰੀ ਹੋਈ ਸੀ 2016 ਚ ਸਰ 19-3-16 ਚ 19-3-2016 ਚ ਹਾਂਜੀ ਸਰ 6 ਸਾਲ ਹੋ ਗਿਆ 6 ਸਾਲ ਤੋਂ ਉੱਪਰ 6.5 ਸਾਲ ਹਾਂਜੀ ਹਾਂਜੀ ਸਰ ਲਵ ਮੈਰਿਜ ਸੀ ਅਰੇਂਜ ਮੈਰਿਜ ਸਰ ਲਵ ਮੈਰਿਜ ਸੀ ਖਾਤਰ ਮੈਰਿਜ ਆ ਬਿਲਕੁਲ ਵੀ ਨੀ ਸਰ ਇਸ ਮੈਂ ਤੁਹਾਨੂੰ ਪ੍ਰੂਵ ਕਰ ਸਕਦਾ ਸੀ ਮੈਨੂੰ ਅੱਜ ਵੀ ਕੈਨੇਡਾ ਆਉਣ ਦਾ ਕਦੇ ਲਾਲਚ ਨਹੀਂ ਸੀ ਮੇਰਾ ਭਰਾ ਮੈਲਬੋਰਨ ਚ ਰਹਿੰਦਾ ਮੈਂ ਕੱਲਾ ਕੱਲਾ ਘਰੇ ਸਰ ਬਿਲਕੁਲ ਮੈਂ ਕਦੇ ਆਪਦੀ ਵਾਈਫ ਨੂੰ ਨੀ ਕਿਹਾ ਤੂੰ ਕੈਨੇਡਾ ਜਾ ਮੈਨੂੰ ਬਿਲਕੁਲ ਵੀ ਸਰ ਮੇਨ ਗੱਲ ਮੇਰੇ ਚ ਇਹੀ ਹੈ ਕੇਸ ਚ ਵੀ ਤੁਸੀਂ ਮੈਂ ਤੁਹਾਨੂੰ ਇਹ ਪ੍ਰੂਵ ਕਰ ਦੂੰ ਮੈਨੂੰ ਕੈਨੇਡਾ ਆਉਣ ਦਾ ਕੋਈ ਵੀ ਉਹ ਨਹੀਂ ਸੀਗਾ ਸਰ ਵਿਆਹ ਤੋਂ ਬਾਅਦ ਵੀ ਨਹੀਂ ਸੀ ਜਾਂ ਤੁਹਾਡੀ ਅਰੇਂਜ ਮੈਰਿਜ ਕਰਾਈ ਹੈ ਵਿਚੋਲਾ ਕੌਣ ਤੁਹਾਡਾ ਹਾਂਜੀ ਵਿਚੋਲਾ ਹੈਗਾ ਜੀ ਚਮਕੌਰ ਸਿੰਘ ਕੁੰਬੜਵਾਲ ਤੋਂ ਉਹ ਕੌਣ ਹੈ ਤੁਹਾਡੇ ਕੋਲ ਲੱਗਦਾ ਹੈ ਸਰ ਮੇਰਾ ਕੁਛ ਨਹੀਂ ਲੱਗਦਾ ਐਕਚੁਅਲੀ ਉਹ ਆਪਣੇ ਬ੍ਰਾਹਮਣ ਭਾਈਚਾਰੇ ਚੋਂ ਆ ਸਰ ਓਕੇ ਤੁਹਾਡੀ ਜਾਤ ਤੇ ਤੁਸੀਂ ਜੱਟ ਹੋ ਅਸੀਂ ਜੱਟ ਹਾਂ ਜੀ ਤੁਹਾਡੀ ਵਾਈਫ ਦਾ ਨਾਮ ਕੀ ਆ ਹਰਮਨਦੀਪ ਕੌਰ ਜੀ ਇਹ ਕਿਹੜੇ ਪਿੰਡ ਤੋਂ ਆ ਇਹ ਕੁੰਬੜਵਾਲ ਤੋਂ ਸਰ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਧੂਰੀ ਹਰਮਨਦੀਪ ਕੌਰ ਹਾਂਜੀ ਸੋ ਤੁਸੀਂ ਜਦੋਂ ਵਿਆਹ ਕਰਾਇਆ ਉਸ ਵੇਲੇ ਤੁਹਾਡੀ ਵਾਈਫ ਆਇਲਡ ਕਰ ਚੁੱਕੀ ਸੀ ਹਾਂਜੀ ਸਰ ਜੇ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਹੈਗਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਾਂ ਸਰ ਨਹੀਂ ਜੋ ਪੁੱਛੇਗਾ ਉਹੀ ਤਾਂ ਦੱਸੋਗੇ ਪਹਿਲਾਂ ਹਾਂਜੀ ਹਾਂਜੀ ਵਿਆਹ ਕਰਾਇਆ ਉਸ ਟਾਈਮ ਆਇਲਡ ਕਲੀਅਰ ਕਰ ਚੁੱਕੀ ਸੀ
ਤੇ ਤੁਹਾਨੂੰ ਪਤਾ ਸੀ ਤੁਹਾਡੀ ਵਾਈਫ ਨੇ ਆਈਲਟ ਕਰ ਲਈ ਆ ਕੀਤੀ ਹੋਈ ਆ ਜਿੰਨੇ ਵਿਆਹ ਕਰਾਉਣ ਜਾ ਰਹੇ ਹੋ ਹਾਂਜੀ ਹਾਂਜੀ ਮੈਨੂੰ ਪਤਾ ਸੀ ਜੀ ਸਰ ਐਕਚੁਅਲੀ ਉਹਨੇ ਕੈਨੇਡਾ ਤੋਂ ਆ ਕੇ ਵਿਆਹ ਕਰਾਇਆ ਸੀ ਮੇਰੇ ਨਾਲ ਅੱਛਾ ਕੈਨੇਡਾ ਵਿੱਚੋਂ ਆਣ ਕੇ ਵਿਆਹ ਕਰਾਇਆ ਉਹਨੇ ਹਾਂਜੀ ਹਾਂਜੀ ਮੈਂ ਤੁਹਾਨੂੰ ਤਾਂ ਹੀ ਕਹਿ ਰਹਾ ਹਾਂ ਪੂਰੀ ਗੱਲ ਐਕਸਪਲੇਨ ਕਰ ਦਿੰਦਾ ਜੀ ਨੋ ਇਸ਼ੂ ਸੋ ਕੈਨੇਡਾ ਕਿੰਨਾ ਚਿਰ ਰਹੀ ਸੀ ਕੁੜੀ ਕੈਨੇਡਾ ਉਹ ਗਈ ਸੀ ਸਰ 15 ਚ 15 ਚ ਗਈ ਸੀ ਸੋ ਸਾਲ ਬਾਅਦ ਵਾਪਸ ਆ ਜਾਂਦੀ ਆ ਹਾਂਜੀ ਸਰ ਵਾਰ ਵਾਰ ਉਹਨੇ ਤੁਹਾਡੇ ਨਾਲ 6 ਸਾਲ ਦੀ ਮਤਲਬ ਏਜ ਘੱਟ ਦੇ ਨਾਲ ਤੁਸੀਂ ਵਿਆਹ ਕਿਉਂ ਕਰਾਇਆ ਰੀਜ਼ਨ ਕੀ ਸੀ ਇਹਦੇ ਪਿੱਛੇ ਸਰ ਮੇਰਾ ਕੋਈ ਰੀਜ਼ਨ ਨਹੀਂ ਸੀ ਐਕਚੁਅਲੀ ਉਹਨੇ ਹੀ ਕਰਾਇਆ ਸਰ ਅਸੀਂ ਜਾਣਦੇ ਸੀ ਇੱਕ ਦੂਜੇ ਨੂੰ ਪਹਿਲਾਂ ਤੋਂ ਮਤਲਬ ਤੁਸੀਂ ਆਲਰੇਡੀ ਪਹਿਲਾਂ ਇੱਕ ਦੂਜੇ ਨਾਲ ਪਿਆਰ ਸੀ ਤੁਹਾਡਾ ਹਾਂਜੀ ਹਾਂਜੀ ਜਾਣਦੇ ਸੀਗੇ ਸਰ ਮਤਲਬ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਤੁਸੀਂ ਫਰੈਂਡ ਸੀਗੇ ਚੰਗੀ ਤਰ੍ਹਾਂ ਮਤਲਬ ਤੁਸੀਂ ਫਰੈਂਡ ਸੀਗੇ ਅਸੀਂ ਸਰ ਲਗਭਗ 14 ਤੋਂ ਸੀਗੇ ਜੀ ਮੇ ਬੀ 15 ਤੋਂ ਸਰ 15 ਤੋਂ ਸੀਗੇ 14 ਦਸੰਬਰ ਤੋਂ 14 ਚ ਸਾਡੀ ਜਾਣ ਪਛਾਣ ਹੋਈ ਸੀ ਸਰ ਤੁਹਾਡੀ ਜਾਣ ਪਛਾਣ ਕਿਵੇਂ ਹੋਈ ਸੀ ਕਿੱਥੇ ਮਿਲੇ ਸੀ ਇੱਕ ਦੂਜੇ ਨੂੰ ਸਰ ਇਹ ਆਈਲਟਸ ਕਰਦੀ ਸੀਗੀ ਜੀ ਸ਼ੇਰਪੁਰ ਤੇ ਤੁਸੀਂ ਕਿਵੇਂ ਮਿਲੇ ਆਈਲਟਸ ਕਰਦੀ ਨੂੰ ਗੀੜੀਆਂ ਲਾਉਂਦੇ ਸੀ ਤੁਸੀਂ ਮੇਰੀ ਹਾਂਜੀ ਤੁਸੀਂ ਨਹੀਂ ਸਰ ਮੇਰੀ ਭੈਣ ਵਿਆਹੀ ਹੋਈ ਹੈ ਸ਼ੇਰਪੁਰ ਜੀ ਓਕੇ ਹਾਂਜੀ ਮੈਂ ਉੱਥੇ ਜਾਂਦਾ ਹੁੰਦਾ ਸੀਗਾ ਆਲਰਾਈਟ ਫਿਰ ਕੀ ਹੋਇਆ ਹਾਂਜੀ ਇਹ ਸ਼ੇਰਪੁਰ ਹੀ ਮਿਲੀ ਸੀਗੀ ਸਰ ਮੈਨੂੰ ਤੇ ਐਕਚੁਅਲੀ ਸਰ ਜਿਹੜਾ ਹੈਗਾ ਸ਼ੇਰਪੁਰ ਮਿਲਣ ਤੋਂ ਬਾਅਦ ਮੈਨੂੰ ਉੱਥੇ ਆਈਲਟਸ ਅਕੈਡਮੀ ਚ ਫਿਰ ਉਦੋਂ ਬਾਅਦ ਇਹ ਸਰ ਮੈਂ ਆ ਗਿਆ ਪਿੰਡ ਆਪਦੇ ਇਹ ਚਲੀ ਗਈ ਚੰਡੀਗੜ੍ਹ ਸਰ ਨਹੀਂ ਸ਼ੇਰਪੁਰ ਇਹ ਤੁਹਾਨੂੰ ਮਿਲੀ ਆ ਆਈਲਟ ਕਰਦੀ ਮਿਲੀ ਆ ਔਰ ਕਿਹਨੇ ਸ਼ੇਰਪੁਰ ਸਰ ਪਲੱਸ 2 ਕਰਦੀ ਸੀ ਸਰ ਇਹ ਆਈਲਟ ਚੰਡੀਗੜ੍ਹ ਕੀਤੀ ਆ ਨੇ ਤੁਹਾਨੂੰ ਮਤਲਬ ਇਹ ਪ੍ਰਪੋਜ਼ ਕਿਨ ਕੀਤਾ ਇਹਨੇ ਪਹਿਲਾਂ ਕੀਤਾ ਜਾਂ ਤੁਸੀਂ ਕੀਤਾ ਇਹਨੂੰ ਸਰ 100% ਇਹਨੇ ਕੀਤਾ ਸਰ ਇਹਨੇ ਕੀਤਾ ਸੀਗਾ ਕਿਵੇਂ ਕੀਤਾ ਤੁਹਾਨੂੰ ਕਿੱਥੇ ਦੇਖਿਆ ਇਹਨੇ ਕਿਤੇ ਖੜੇ ਸੀ ਤੁਸੀਂ ਕੰਟੀਨ ਤੇ ਜਾਂ ਰੈਸਟੋਰੈਂਟ ਖੜੇ ਸੀ ਹਾਂਜੀ ਹਾਂਜੀ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਨਾ ਸਰ ਮੈਂ ਐਕਸਪਲੇਨ ਕਰਦਾ ਇਹ ਸਰ ਪਹਿਲਾਂ ਕੈਨਮ ਚ ਕਰਦੀ ਸੀਗੀ ਆਈਲਟਸ ਹਾਂ ਫਿਰ ਸਰ ਮੇਰੀ ਸਿਸਟਰ ਦੀ ਆਈਲਟਸ ਦੀ ਅਕੈਡਮੀ ਆ ਸ਼ੇਰਪੁਰ ਓਕੇ ਹਾਂਜੀ ਫਿਰ ਇਹ ਉੱਥੇ ਕਰਨ ਲੱਗ ਗਈ ਆਈਲਟਸ ਸਰ ਮੈਂ ਉੱਥੇ ਆਉਂਦਾ ਹੁੰਦਾ ਸੀ ਮੇਰਾ ਭਾਣਜਾ ਹੋਇਆ ਹੋਇਆ ਸੀਗਾ ਤੇ ਜਿਹੜੇ ਸਾਡੇ ਪ੍ਰਾਹੁਣਾ ਸਾਹਿਬ ਆ ਉਹ ਜੋਬ ਕਰਦੇ ਸੀਗੇ ਜੀ ਮੈਨੂੰ ਮੈਂ ਤੇ ਮੇਰੀ ਮੰਮਾ ਆਉਂਦੇ ਹੁੰਦੇ ਸੀ ਉਹਨੂੰ ਸਾਂਭਣ ਵਾਸਤੇ ਜੀ ਹਾਂਜੀ ਤੇ ਫਿਰ ਇਹ ਮੇਰੀ ਭੈਣ ਦੀ ਅਕੈਡਮੀ ਚ ਲੱਗ ਗਈ ਸੀਗੀ ਓਕੇ ਤੇ ਉੱਥੇ ਸਰ ਐਕਚੁਅਲੀ ਅਕੈਡਮੀ ਆ ਬਹੁਤ ਵੱਡੀ ਸਰ ਉੱਪਰ ਕੋਠੀ ਆ ਉਹਨਾਂ ਦੀ ਉੱਪਰ ਰਿਹਾਇਸ਼ ਥੱਲੇ 2 ਮੰਜ਼ਿਲਾ ਮੈਨੂੰ ਬੱਸ ਚੜ੍ਹਦੀ ਹੋਈ ਜਦੋਂ ਮੈਨੂੰ ਉੱਥੇ ਮਿਲਦੀ ਹੁੰਦੀ ਸੀ ਕਈ ਵਾਰ ਜਦੋਂ ਮੈਂ ਗੱਡੀ ਲੈ ਕੇ ਨਿਕਲਦਾ ਮੈਨੂੰ ਇਹ ਬੱਸ ਚੜ੍ਹਦੀ ਹੋਈ ਮਿਲਦੀ ਸੀਗੀ ਸਰ ਤੇ ਫਿਰ ਇਹਨੂੰ ਪਤਾ ਲੱਗ ਗਿਆ ਸੀ ਵੀ ਇਹ ਵੀ ਇਹਨੇ ਦੱਸਿਆ ਸੀ ਵੀ ਮੈਂ ਤੇਰੀ ਭੈਣ ਦੀ ਅਕੈਡਮੀ ਚ ਪੜ੍ਹਦੀ ਹਾਂ ਮੈਨੂੰ ਇਹ ਪਤਾ ਵੀ ਇਹ ਤੋਂ ਲੱਗਿਆ ਸੀਗਾ ਨਹੀਂ ਤੁਹਾਨੂੰ ਮਿਲੀ ਕਿੱਦਾਂ ਪਹਿਲੇ ਦਿਨ ਮਿਲੀ ਕਿੱਥੇ ਆ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਦਾ ਇਹ ਮੈਨੂੰ ਮੈਂ ਸਰ ਗਿੱਦੜਵਾ ਆਪਦੇ ਗਿੱਦੜਵਾ ਪਿੰਡ ਲਈ ਚੱਲਿਆ ਸੀ ਮੈਂ ਗੱਡੀ ਕੱਢ ਰਿਹਾ ਸੀਗਾ ਮੈਨੂੰ ਉੱਥੇ ਮਿਲੀ ਆ ਪਹਿਲੀ ਵਾਰ ਜਦੋਂ ਦੇਖਿਆ ਮੈਂ ਇਹਨੂੰ ਗੱਡੀ ਕੱਢਣ ਨੂੰ ਮਿਲੀ ਆ ਮੈਂ ਤੁਹਾਨੂੰ ਹੈਲੋ ਕੀਤਾ ਜਾਂ ਕੀ ਕੀਤਾ ਕਿਹਨ ਕੀਤਾ ਹੈਲੋ ਨਹੀਂ ਨਹੀਂ ਕੁਛ ਨਹੀਂ ਕੀਤਾ ਸਰ ਇਕੱਲਾ ਦੇਖਿਆ ਹੀ ਆ ਇੱਕ ਦੂਜੇ ਨੂੰ ਦੇਖਿਆ ਹੀ ਆ ਫਿਰ ਜਦੋਂ ਪ੍ਰੋਪਰ ਮਿਲੇ ਆ ਸਰ ਮੇਰੀ ਭਾਣਜੀ ਦਾ ਬਰਥਡੇ ਸੀਗਾ ਹਾਂ ਮੇਰੀ ਭਾਣਜੀ ਦਾ ਬਰਥਡੇ ਸੀ ਉਸ ਦਿਨ ਮੈਨੂੰ ਪਤਾ ਲੱਗਿਆ ਵੀ ਇਹ ਮੇਰੀ ਸਿਸਟਰ ਦੀ ਅਕੈਡਮੀ ਚ ਪੜ੍ਹਦੀ ਆ ਐਨੀਵੇ ਬਰਥਡੇ ਤੇ ਤੁਹਾਡੀ ਭਾਣਜੀ ਬਰਥਡੇ ਤੇ ਕਿਵੇਂ ਆਈ ਹੈ ਸਰ ਉਹ ਬਰਥਡੇ ਤੇ ਆ ਗਈ ਆਪਦੇ ਘਰੇ ਗਏ ਕਿ ਵੀ ਮੈਂ ਬਰਥਡੇ ਤੇ ਜਾਣਾ ਕਿਉਂਕਿ ਉਹ ਜਿਹੜੇ ਨਾ ਇਹ ਸਾਰੇ ਬੱਚੇ ਨੂੰ ਮੈਸੇਜ ਭੇਜਦੇ ਆ ਵੀ ਬਰਥਡੇ ਤੇ ਆ ਜਾਓ ਤੁਸੀਂ ਜਿਹੜਾ ਇੱਕ ਫੋਨ ਤੇ ਨਹੀਂ ਮੈਸੇਜ ਭੇਜਦੇ ਗਰੁੱਪ ਮੈਸੇਜ ਸਾਰਿਆਂ ਨੂੰ ਇਹ ਵੀ ਆ ਗਏ ਤੁਸੀਂ ਉੱਥੇ ਗਏ ਉੱਥੇ ਤੁਹਾਨੂੰ ਤੁਹਾਡੀ ਉਧਰ ਨੂੰ ਹੈਲੋ ਹੋਈ ਆ ਹਾਂਜੀ ਹਾਂਜੀ ਉਸ ਦਿਨ ਮਿਲੀ ਆ ਪਹਿਲੀ ਵਾਰ ਉਸ ਦਿਨ ਸਾਡੀ ਗੱਲਬਾਤ ਚੱਲੀ ਆ ਸਰ ਤੁਸੀਂ ਉਧਰ ਟੈਲੀਫੋਨ ਚੇਂਜ ਕਰ ਲਿਆ ਨਹੀਂ ਸਰ ਉਸ ਦਿਨ ਨਹੀਂ ਕੀਤੇ ਸੀਗੇ ਐਕਚੁਅਲੀ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੇਰਪੁਰ ਦੂਸਰੀ ਤੀਸਰੀ ਵਾਰ ਮਿਲੀ ਆ ਉਦੋਂ ਬਾਅਦ ਐਕਸਚੇਂਜ ਕੀਤੇ ਸੀਗੇ ਉਹ ਕਿਨ ਕੇ ਟੈਲੀਫੋਨ ਕਿਨ ਮੰਗਿਆ ਪਹਿਲਾਂ ਤੁਸੀਂ ਜਾਂ ਤੁਹਾਡੀ ਵਾਈਫ ਨੇ ਹਾਂਜੀ ਮੈਂ ਤੁਹਾਨੂੰ ਦੱਸਦਾ ਇਹਨੇ ਮੈਨੂੰ ਕਿਹਾ ਜਿਸ ਦਿਨ ਮੇਰੀ ਭਾਣਜੀ ਦਾ ਬਰਥਡੇ ਸੀ ਮੈਨੂੰ ਕਹਿੰਦੀ ਮੈਂ ਲੇਟ ਹੋ ਗਈ ਇਹਦੇ ਪਾਪਾ ਨੂੰ ਵੀ ਪੁੱਛ ਲਿਓ ਇਹ ਗੱਲ ਕਹਿੰਦੇ ਮੈਨੂੰ ਘਰੇ ਛੱਡਿਓ ਤੁਸੀਂ ਪਿੰਡ ਛੱਡਿਓ ਹਾਂ ਹਾਂ ਤੇ ਮੈਂ ਕਿਹਾ ਵੀ ਸਰ ਛੱਡਿਆਉਣਗੇ ਹਨਾ ਜਿੱਦਾਂ ਵੀ ਹੈਗਾ ਸਰ ਮੈਨੂੰ ਮੁੰਡੇ ਨੂੰ ਤਾਂ ਹੁੰਦਾ ਹੀ ਹੈ ਜੀ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ ਹਨਾ ਸਰ ਤੇ ਮੈਂ ਕਿਹਾ ਚਲੋ ਆਪਾਂ ਨੂੰ ਪੁੱਛਿਆ ਆਪਾਂ ਛੱਡਿਆਉਣੇ ਆ ਹਨਾ ਵੀ ਪਹਿਲ ਤਾਂ ਭਲੋਈਏ ਨੂੰ ਸੀ ਪ੍ਰਾਹੁਣਾ ਹੈ ਨਹੀਂ ਸੀ ਜੀ ਘਰੇ ਤੇ ਤੁਹਾਡੇ ਮਨ ਵਿੱਚ ਬੜਾ ਚਾਅ ਕਿ ਮੈਂ ਛੱਡਣ ਚੱਲਿਆ ਕੁੜੀ ਨੂੰ ਹਾਂਜੀ ਮੈਂ ਛੱਡਣ ਗਿਆ ਸੀ ਇਹਨੂੰ ਪਿੰਡ ਜੀ ਮੈਂ ਤੁਹਾਨੂੰ ਪੂਰਾ ਚਾਅ ਸੀ ਕਿ ਮੈਂ ਕਿਸ ਕੁੜੀ ਨੂੰ ਮਿਲ ਗਿਆ ਤੇ ਕੁੜੀ ਮੈਨੂੰ ਮਿਲ ਗਈ ਤੇ ਮੈਂ ਛੱਡਣ ਜਾਵਾਂਗਾ ਇਹਨਾਂ ਗੱਲਾਂ ਕਰਾਂਗਾ ਤੋਤਲੀਆਂ ਨਹੀਂ ਸਰ ਹਾਂਜੀ ਇਹ ਸੀਗਾ ਇੱਦਾਂ ਜ਼ਰੂਰ ਸੀ ਵੀ ਛੱਡਣ ਚੱਲਿਆਂਗਾ ਹਾਂਜੀ ਓਕੇ ਸੋ ਤੁਸੀਂ ਜਦੋਂ ਗਏ ਆ ਗੱਡੀ ਵਿੱਚ ਗਏ ਆ ਹਾਂਜੀ ਕਾਰ 'ਚ ਗਏ ਜਾਂ ਮੋਟਰਸਾਈਕਲ ਛੱਡ ਕੇ ਆਏ ਆ
ਹਾਂ ਜੀ ਮੇਰੀ ਕਾਰ ਚ ਗਏ ਹਾਂ ਸਰ ਓਕੇ ਕਾਰ ਵਿੱਚ ਹੋਰ ਕੌਣ ਸੀ ਨਾਲ ਤੁਹਾਡੇ ਦੋਨੋਂ ਹੀ ਸੀ ਸਰ ਓਕੇ ਟਾਈਮ ਕੀ ਸੀਗਾ ਟਾਈਮ ਸੀਗਾ ਸਰ ਮੇ ਬੀ ਮੈਂ ਅਪਰੋਕਸੀਮੇਟਲੀ 7:30 ਦਾ ਹੋਣਾ ਜੀ 7:30 ਸ਼ਾਮ ਦੇ ਹਨੇਰਾ ਹੋਇਆ ਸੀ ਉਸ ਵੇਲੇ ਦਾ ਸੀ ਹਾਂਜੀ ਹਾਂਜੀ ਹਨੇਰਾ ਹੋ ਰਿਹਾ ਸੀ ਤੇ ਔਰ ਇਹਨੇ ਸਰ ਘਰੇ ਆਏ ਦੱਸਿਆ ਸੀ ਮੈਨੂੰ ਅਗਲੇ ਦਿਨ ਪਤਾ ਲੱਗਿਆ ਜਿੱਥੋਂ ਸਾਡੀ ਗੱਲ ਹੁੰਦੀ ਹੈ ਕਿਉਂਕਿ ਮੈਂ ਘਰੇ ਆਏ ਕਿਹਾ ਮੈਨੂੰ ਹਰਪ੍ਰੀਤ ਸਰ ਛੱਡਣ ਆਏ ਸੀਗੇ ਅੱਛਾ ਇਹਨੇ ਕਹਿਤਾ ਕਿ ਜਿਹੜੇ ਤੁਹਾਡੇ ਸਿਸਟਰ ਦਾ ਹਸਬੈਂਡ ਹੈ ਉਹ ਛੱਡਣ ਆਇਆ ਝੂਠ ਬੋਲੀ ਆ ਹਾਂਜੀ ਹਾਂਜੀ ਕਿਉਂਕਿ ਮੇਰੀ ਸਿਸਟਰ ਨੇ ਕਿਹਾ ਸੀ ਵੀ ਤੈਨੂੰ ਸਰ ਛੱਡੇ ਹੋਣਗੇ ਹਨਾ ਸਰ ਤੇ ਇਹਨੇ ਮੈਨੂੰ ਕਿਹਾ ਵੀ ਸਰ ਹੈ ਨੀਗੇ ਵੀ ਤੁਸੀਂ ਛੱਡਿਆ ਮੈਨੂੰ ਠੀਕ ਹੈ ਸਰ ਮੈਂ ਸਿਸਟਰ ਨੂੰ ਵੀ ਬਿਨਾਂ ਦੱਸੇ ਛੱਡਣ ਗਿਆ ਇਹਨੂੰ ਤੇ ਇਹਨੇ ਘਰੇ ਵੀ ਐਂ ਦੱਸਿਆ ਵੀ ਮੈਨੂੰ ਹਰਪ੍ਰੀਤ ਸਰ ਛੱਡ ਕੇ ਗਏ ਆ ਜਿਹੜੇ ਛੱਡਣ ਗਏ ਤੁਹਾਡਾ ਕਿੰਨਾ ਮਤਲਬ ਸਮਾਂ ਲੱਗਾ ਛੱਡਣ ਜਾਣ ਨੂੰ ਕਿੰਨੇ ਘੰਟੇ ਦਾ ਸਮਾਂ ਸੀ ਘੰਟੇ ਦਾ ਜਾਂ ਘੰਟੇ ਦਾ ਨਹੀਂ ਜੀ ਸਰ ਸਿਰਫ 15 ਮਿੰਟਾਂ ਦਾ 15 ਤੋਂ 20 ਮਿੰਟ ਤੱਕ ਆਈ ਸੀ ਸੋ ਇਹ ਕਾਰ ਦੇ ਵਿੱਚ ਤੁਸੀਂ ਕਾਰ ਦੇ ਵਿੱਚ ਹੋਲਡ ਔਨ ਪਲੀਜ਼ ਕਾਰ ਦੇ ਵਿੱਚ ਤੁਸੀਂ ਜੇ ਬੈਠੇ ਆ ਜਾਂ ਡਰਾਈਵ ਤੁਸੀਂ ਕੀਤਾ ਤੇ ਇਹਨੂੰ ਇਹ ਪਿਛਲੀ ਸੀਟ ਤੇ ਬੈਠੀ ਤੇ ਮੋਹਰੇ ਬੈਠੀ ਤੁਹਾਡੇ ਨਾਲ ਨਹੀਂ ਸਰ ਬਿਨਾਂ ਕਹੇ ਤੋਂ ਮੂਹਰੇ ਬੈਠੀ ਸੀਗੀ ਓ ਮਾਈ ਗੋਡ ਸੋ ਇਹ ਬਿਨਾਂ ਪੁੱਛੇ ਤੋਂ ਮੋਹਰੇ ਬਹਿ ਗਈ ਸੀਟ ਤੇ ਜਮਾ ਬਿਨਾਂ ਪੁੱਛੇ ਤੋਂ ਬੈਠੀ ਸੀਗੀ ਮੂਹਰੇ ਮੈਨੂੰ ਵੀ ਐਂ ਹਰ ਧੋਰੀ ਸੀ ਵੀ ਇਹ ਪਿੱਛੇ ਬੈਠੂਗੀ ਤੇ ਇਹ ਮੂਹਰੇ ਬਹਿ ਗਈ ਸੀ ਪਰ ਤੂੰ ਚਾਹੁੰਦਾ ਸੀ ਮੋਹਰੇ ਬੈਠੇ ਸਰ ਨਹੀਂ ਮੈਨੂੰ ਜਿੱਦਾਂ ਵੀ ਮੇਰੇ ਮਨ ਚ ਜੋ ਵੀ ਮੈਨੂੰ ਸੀਗਾ ਚਲੋ ਮੂਹਰੇ ਬੈਠੇ ਬਟ ਮੈਨੂੰ ਐਂ ਸੀ 99% ਵੀ ਇਹ ਪਿੱਛੇ ਬੈਠੂਗੀ ਤੇਰਾ ਮਨ ਕੀ ਕਹਿੰਦਾ ਸੀਗਾ ਤੇਰਾ ਮਨ ਚਾਹੁੰਦਾ ਸੀਗਾ ਕਾਲਾ ਸੀਗਾ ਕਿ ਮੋਹਰੇ ਬਹਿ ਜਾਵੇ ਆਣ ਕੇ ਛੇਤੀ ਨਾਲ ਹਾਂਜੀ ਸਰ ਮੇਰਾ ਮੈਨੂੰ ਆਇਆ ਸੀਗਾ ਸਰ ਐਕਚੁਅਲੀ ਹਰੇਕ ਮੁੰਡੇ ਨੂੰ ਹੁੰਦਾ ਚਲੋ ਮੈਨੂੰ ਆਇਆ ਸੀਗਾ ਚਲੋ ਬਹਿ ਜੇ ਹਨਾ ਸਰ ਇਹ ਆਪ ਹੀ ਪਰ ਜੋ ਹੈਪੀ ਗਏ ਤੋ ਮੋਰੇ ਗੱਡੀ ਵਿੱਚ ਬੈਠ ਗਈ ਤੇ ਬੈਠ ਕੇ ਸੀਟ ਬੈਲਟ ਲਾਈ ਇਹਨੇ ਨਹੀਂ ਸਰ ਸੀਟ ਬੈਲਟ ਤਾਂ ਮੈਂ ਵੀ ਨਹੀਂ ਲਾਈ ਸੀ ਸਰ ਵਾਈ ਨਾਟ ਸੀਟ ਬੈਲਟ ਨਹੀਂ ਲਾਈ ਸੀ ਸਰ ਸੀਟ ਬੈਲਟ ਨਾ ਤੁਸੀਂ ਲਾਈ ਨਾ ਇਹ ਲਾਈ ਇਹਦਾ ਮਤਲਬ ਹੈ ਕਿ ਤੁਹਾਡੀ ਨਾ ਸੀਟ ਬੈਲਟ ਲਾਉਣ ਦਾ ਕਾਰਨ ਤੁਹਾਡੇ ਦੋਨਾਂ ਦੇ ਵਿੱਚ ਆਪਸ ਵਿੱਚ ਹੀ ਕੋਈ ਐਸਾ ਦਿਮਾਗੀ ਕੀੜਾ ਸੀ ਪਿਆਰ ਦਾ ਜਿਹੜਾ ਕਿ ਤੁਰਨ ਫਿਰਨ ਲੱਗ ਪਿਆ ਪਰ ਮੇਰੇ ਤਾਂ ਮੈਂ ਨਹੀਂ ਦੱਸ ਸਕਦਾ ਬਟ ਮੈਂ ਤੁਹਾਨੂੰ ਇਹਦਾ ਦੱਸ ਸਕਦਾ ਕਿਉਂਕਿ ਇਹਨੂੰ ਪਹਿਲਾਂ ਪਤਾ ਸੀ ਵੀ ਮੈਂ ਮੈਡਮ ਦਾ ਵੀ ਮਤਲਬ ਮੈਂ ਜਿੱਥੇ ਇਹਨੂੰ ਪਤਾ ਸੀ ਕਿ ਤੁਸੀਂ ਅਨਮੈਰਿਡ ਹੋ ਹਾਂਜੀ ਇਹਨੂੰ ਪਤਾ ਸੀ ਵੀ ਮੈਂ ਅਨਮੈਰਿਡ ਓਕੇ ਫਾਈਨ ਉਹ ਤੋਂ ਬਾਅਦ 15 ਮਿੰਟ ਦਾ ਸਫ਼ਰ ਆ ਤੇ ਤੁਸੀਂ ਕਿੰਨੇ ਮਿੰਟ ਲਾਏ 15 ਮਿੰਟ ਲਾਏ ਜਾਂ 15 ਮਿੰਟ ਤੋਂ ਤੁਸੀਂ ਜ਼ਿਆਦਾ ਸਮਾਂ ਹਾਂਜੀ ਹਾਂਜੀ ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾਗਾ ਮੈਨੂੰ ਇਹ ਸਰ 4 ਕਿਲੋਮੀਟਰ ਬਾਅਦ ਉੱਪਰ ਦੀ ਲੈ ਕੇ ਗਈ ਆ ਉਹ ਵੀ ਇਹਨੇ ਮੈਨੂੰ ਬਾਅਦ ਚ ਦੱਸਿਆ ਸੀ ਮੈਂ ਤੈਨੂੰ 4 ਕਿਲੋਮੀਟਰ ਵੱਧ ਲੈ ਕੇ ਗਈ ਸੀ ਜਾਣ ਘੁਮਾ ਲਿਆ ਮੈਂ ਰਸਤਾ ਹੋਰ ਦੱਸ ਦਿੱਤਾ ਹਾਂਜੀ ਮੈਨੂੰ ਕੋਈ ਪਤਾ ਨਹੀਂ ਸੀ ਮੇਰੀ ਭੈਣ ਦਾ ਸਹੁਰੇ ਹੈਗੇ ਸੀ ਸਾਡੇ ਤੋਂ ਓਕੇ ਆਈ ਅੰਡਰਸਟੈਂਡ ਮੈਂ 4 ਕਿਲੋਮੀਟਰ ਤੋਂ ਜ਼ਿਆਦਾ ਘੁਮਾਇਆ ਜ਼ਿਆਦਾ ਸਮਾਂ ਕੀ ਗੱਲਾਂ ਕੀ ਕੀਤੀਆਂ ਸਰ ਗੱਲਾਂ ਕੁਝ ਵੀ ਨਹੀਂ ਬਸ ਨਾ ਮੈਂ ਐਕਚੁਅਲੀ ਸਾਊਂਡ ਬੰਦ ਕਰਤਾ ਗਾ ਸਾਊਂਡ ਕਹਿੰਦੀ ਕੋਈ ਗੱਲ ਨਹੀਂ ਚਲਾ ਲਓ ਤੇ ਇਹਨੂੰ ਕਿਤੇ ਪਤਾ ਸੀ ਮੈਂ ਸਰ ਪਹਿਲਾਂ ਚੰਡੀਗੜ੍ਹ ਪੜ੍ਹਦਾ ਰਹਾਂਗਾ ਐਨੀਵੇ ਸਾਊਂਡ ਤੁਸੀਂ ਗਾਣੇ ਸੁਣੇ ਕਿਹੜਾ ਗਾਣਾ ਲਾਇਆ ਸੀ ਗਾਣਾ ਜੀ ਪਤਾ ਨਹੀਂ ਕਿਹੜਾ ਸੀ ਜੱਟ ਬਾਲਦੂਆ ਦੀਵੇ ਹਨੇਰੀਆਂ ਦੇ ਵਿੱਚ ਮੈਂ ਉਹ ਬੰਦ ਕਰਤਾ ਮੈਂ ਕਿਹਾ ਕੁੜੀ ਬੈਠੇ ਚੰਗਾ ਨਹੀਂ ਲੱਗਦਾ ਉਹ ਸਾਊਂਡ ਉੱਚਾ ਸੀ ਥੋੜਾ ਜਿਹਾ ਗੱਡੀ 'ਚ ਹੀ ਕੁੜੀ ਚਾਹੁੰਦੀ ਸੀ ਇਹ ਗਾਣਾ ਲਾ ਹਾਂਜੀ ਉਹ ਕਹਿੰਦੀ ਸੀ ਲਾ ਲਾ ਓਕੇ ਗਾਣਾ ਮਤਲਬ ਤੁਸੀਂ ਓ ਮਾਈ ਗੋਡ ਸੋ ਇਹ ਦੀਵਾ ਕਿਉਂਕਿ ਸ਼ਾਮ ਹੋ ਗਈ ਸੀਗੀ ਤੁਸੀਂ ਦੱਸੋ ਕਿ ਤੁਸੀਂ 4 ਕਿਲੋਮੀਟਰ ਦਾ ਵਾਧੂ ਪਿੰਡਾ ਤਿਆਗ ਕੀਤਾ ਬਿਕੋਜ਼ ਆਫ ਹਰਮਨਦੀਪ ਚਾਹੁੰਦੀ ਸੀਗੀ ਕਿ ਤੁਹਾਡੇ ਨਾਲ ਟਾਈਮ ਹੋਰ ਮੈਂ ਸਪੈਂਡ ਕਰਾਂ ਐਨੀਵੇ ਸੋ ਤੁਸੀਂ ਰਸਤੇ ਵਿੱਚ ਇੱਕ ਦੂਜੇ ਨੂੰ ਟੱਚ ਕੀਤਾ ਨਹੀਂ ਸਰ ਪਹਿਲੀ ਵਾਰ ਬਿਲਕੁਲ ਨਹੀਂ ਟੱਚ ਕੀਤਾ ਇਹਨੇ ਅੰਨੇ ਮਹਾਨੇ ਟੱਚ ਕੀਤਾ ਹੋਊਗਾ ਕੂਣੀ ਮਾਰੀ ਹੋਊਗੀ ਹਾਂਜੀ ਕੂਣੀ ਲੱਗ ਗਈ ਹੋਊਗੀ ਨਹੀਂ ਨਹੀਂ ਸਰ ਹਾਂ ਮੈਂ ਤੁਹਾਨੂੰ ਦੱਸ ਦਾਂਗਾ ਮੇਰਾ ਗੇਅਰ ਤੇ ਹੱਥ ਸੀ ਇਹ ਕਹਿੰਦੀ ਮੈਂ ਸਾਊਂਡ ਬਦਲਣਾ ਸੀ ਸੌਰੀ ਐ ਕਿਹਾ ਨੀ ਮੈਂ ਗੇਅਰ ਤੇ ਹੱਥ ਲੱਗਿਆ ਸੀ ਇਹਦਾ ਮੇਰੇ ਹੱਥ ਤੇ ਹੱਥ ਲੱਗਿਆ ਸੀ ਹੋਰ ਕੁਛ ਨਹੀਂ ਹੋਇਆ ਸਰ ਮਰਿਆਦਾ ਬਣਾਈ ਓ ਮਾਈ ਗੋਡ ਸਟੋਰੀ ਦੇ ਵਿੱਚ ਗੇਅਰ ਸਾਡਾ ਚਾਹੀਦਾ ਸੀ ਜਾਂ ਇਹਦਾ ਹਰਮਨਦੀਪ ਦਾ ਗੇਰੇ ਪਾਉਣੀ ਸੀ ਜਾਂ ਤੁਸੀਂ ਪਾਉਣੀ ਸੀ ਸਰ ਮੈਂ ਤਾਂ ਕੁੜੀਆਂ ਤੋਂ ਮੇਰੇ ਬਾਰੇ ਪਤਾ ਕਰ ਲਈ ਮੈਂ ਅਜੇ ਤੱਕ ਕਿਸੇ ਕੁੜੀ ਨੂੰ ਬੋਲਿਆ ਤਾਂ ਕੋਈ ਪਹਿਲੀ ਪਹਿਲੀ ਕੁੜੀ ਨਾਲ ਮੈਂ ਰਿਕਵੈਸਟ ਕਰੂੰਗਾ ਨੈਵਰ ਮਾਈਂਡ ਆਮ ਆਸਕਿੰਗ ਯੂ ਦਾ ਪਾਰਟ ਅੱਗੇ ਨਿਕਾਲੋ ਨਾ ਦੱਸੋ ਤੁਸੀਂ ਗੇਰੋ ਗੇਰੀ ਹੋ ਗਏ ਨਾ ਤੁਸੀਂ ਸਟੀਅਰਿੰਗ ਹੈ ਤੁਸੀਂ ਫੜਿਆ ਸੀ ਤੇ ਗੇਰੇ ਨੇ ਫੜਿਆ ਸੀਗਾ ਨਹੀਂ ਸਰ ਗੇਅਰ ਨਹੀਂ ਫੜਿਆ ਸੀ ਐਕਚੁਅਲੀ ਗੇਅਰ ਤੇ ਮੇਰਾ ਹੱਥ ਸੀ ਇਹ ਆਵਾਜ਼ ਕਰਨ ਲੱਗੀ ਸਾਊਂਡ ਦੀ ਮੈਨੂੰ ਨਹੀਂ ਪਤਾ ਸੀ ਆਵਾਜ਼ ਕਰ ਰਹੀ ਹੈ ਕਿਉਂਕਿ ਮੈਨੂੰ ਨਹੀਂ ਪਤਾ ਹੱਥ ਟੱਚ ਕਰ ਲਿਆ ਨੇ ਤੁਹਾਡਾ ਟੱਚ ਹੋ ਗਿਆ ਹੱਥ ਹਾਂਜੀ ਹੋ ਗਿਆ ਜੀ ਹੋ ਗਿਆ ਓ ਮਾਈ ਗੋਡ ਕਮ ਔਨ ਬੇਬੀ ਦੈਨ ਤੁਹਾਡੀਆਂ ਫੀਲਿੰਗ ਕੀ ਹੋ ਗਈਆਂ ਤੁਹਾਡੀਆਂ ਫੀਲਿੰਗ ਹੋ ਗਈਆਂ ਸੀ ਉਸ ਵੇਲੇ ਫਿਰ ਕੁਝ ਹੋਰ ਨਹੀਂ ਹੋਰ ਤਾਂ ਨਹੀਂ ਹੋਈਆਂ ਐਕਚੁਅਲੀ ਸਰ ਮੈਨੂੰ ਇਹ ਸੀਗਾ ਵੀ
ਵੀ ਇਹ ਕੁਛ ਸੋਚਦੀ ਹੈ ਯਾਰ ਮੇਰੇ ਬਾਰੇ, ਇੰਨਾ ਜ਼ਰੂਰ ਹੋਇਆ ਸੀ ਮੈਨੂੰ, ਹੋਰ ਕੁਛ ਮੈਂ ਗਾਹ ਨਹੀਂ ਸੋਚਿਆ ਸੀਗਾ, ਕਿਉਂਕਿ ਮੈਂ ਕਦੇ ਕੁੜੀ ਨਾਲ ਵਧਿਆ ਨਹੀਂ ਸੀ ਇੰਨਾ, ਮੇਰੀ ਹਿੰਮਤ ਨਹੀਂ ਪੈਂਦੀ ਹੁੰਦੀ ਸੀਗੀ। ਮਤਲਬ ਤੁਹਾਨੂੰ ਇੰਟੂਇਸ਼ਨ ਹੋ ਗਈ ਕਿ ਇਹ ਕੁੜੀ ਕੋ ਚਾਹੁੰਦੀ ਹੈ ਤੁਹਾਡੇ ਕੋਲੋਂ? ਹਾਂਜੀ, ਮੈਂ ਚਲੋ ਇਹ ਗੱਡੀ ਵਿੱਚ ਉਤਰੀ, ਉਤਰ ਕੇ ਤੁਹਾਨੂੰ ਇਹਨੇ ਮਤਲਬ ਸ਼ੇਖਣ ਕੀਤਾ ਜਾਂ ਸਤਿ ਸ੍ਰੀ ਅਕਾਲ? ਇਹਨੇ ਬਾਏ ਕੀਤਾ ਸੀਗਾ ਜੀ, ਇਹਨੇ ਬਾਏ ਕੀਤਾ ਸੀਗਾ। ਬਾਏ ਕਿਵੇਂ ਕੀਤਾ? ਹੱਥ ਹੱਥ ਮਿਲਾਇਆ? ਨਹੀਂ ਹਾਂਜੀ, ਇਹਨੇ ਹੱਥ ਨੀ ਮਿਲਾਇਆ ਸੀ, ਬਾਈ ਕੀਤਾ ਸੀ। ਉਹਦੇ ਪਿੰਡ ਦੇ ਮੁੰਡੇ ਵੀ ਬੈਠੇ ਸੀਗੇ ਸਾਹਮਣੇ। ਅੱਛਾ ਠੀਕ ਹੈ, ਇਹਨੇ ਬਾਈ ਕੀਤਾ ਸੀ। ਅੱਛਾ ਬਾਈ ਕੀਤਾ, ਸਮਾਈਲ ਵੀ ਕੀਤੀ ਸੀਗੀ? ਹਾਂਜੀ ਹਾਂਜੀ। ਸਮਾਈਲ ਕਿਵੇਂ ਕੀਤੀ ਸੀ? ਆਮ ਨੋਰਮਲ ਨੋਰਮਲ ਕੀਤੀ ਸੀ ਸਰ। ਮੈਨੂੰ ਅਗਲੇ ਦਿਨ ਪਤਾ ਲੱਗਿਆ ਵੀ ਟੈਨਸ਼ਨ ਦਾ ਇੰਟੈਂਸ਼ਨ ਦਾ, ਜਦੋਂ ਇਹਨੇ ਮੈਨੂੰ ਬੁਲਾਇਆ ਅਗਲੇ ਦਿਨ। ਓ ਆਈ ਸੀ, ਤੁਹਾਨੂੰ ਟੈਨਸ਼ਨ ਹੋ ਗਈ ਕਿ ਇਹ ਕੁਛ ਦਾਲ ਚ ਕਾਲਾ ਮਾਲ ਆਇਆ, ਦਾਲ ਚ ਕਾਲਾ ਮਾਲ ਆਇਆ ਜਿਹੜਾ ਕਿ ਕੁੜੀ ਤੁਹਾਨੂੰ ਪਿਆਰ ਕਰਨਾ ਚਾਹੁੰਦੀ ਆ। ਐਨੀਵੇ ਉਸ ਤੋਂ ਬਾਅਦ ਤੁਹਾਡਾ ਪਿਆਰ ਪੈ ਗਿਆ ਤੇ ਤੁਹਾਡਾ ਫਿਰ ਵਿਆਹ ਹੋ ਗਿਆ? ਹਾਂਜੀ ਸਰ, ਵਿਆਹ ਹੋ ਗਿਆ, ਕੈਨੇਡਾ ਤੋਂ ਆ ਕੇ ਵਿਆਹ ਕਰਾਇਆ। ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ, ਜੀ ਵਿਆਹ ਹੋ ਗਿਆ, ਵਿਆਹ ਹੋਣ ਤੋਂ ਪਹਿਲਾਂ ਸਾਡੇ ਬੱਚਾ ਸੀਗਾ ਜੀ। ਤੁਸੀਂ ਵਿਆਹ ਹੋਣ ਤੋਂ ਪਹਿਲਾਂ ਬੱਚਾ ਲੈ ਲਿਆ? ਹਾਂਜੀ, ਮੈਂ ਤੁਹਾਨੂੰ ਇਹੀ ਤਾਂ ਦੱਸ ਰਿਹਾ ਵਾਰ ਵਾਰ, ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ। ਓ ਮਾਈ ਗੋਡ, ਹਾਂਜੀ ਇਹੀ ਤਾਂ। ਵਿਆਹ ਤੋਂ ਪਹਿਲਾਂ ਬੇਬੀ ਲੈ ਲਿਆ? ਮੈਂ ਨਹੀਂ ਲਿਖਤਾ ਸਰ, ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਚੰਡੀਗੜ੍ਹ ਚਲੀ ਗਈ ਸਰ, ਮੇਰੀ ਭੈਣ ਕੋਲੋਂ ਇਹ ਚੰਡੀਗੜ੍ਹ ਚਲੀ ਗਈ ਆਇਲਸ ਕਰਨ। ਮੈਂ ਸਮਝ ਗਿਆ। ਐਨੀਵੇ ਵਿਆਹ ਤੋਂ ਪਹਿਲਾਂ ਬੱਚਾ ਕਿੰਨੇ ਮਹੀਨੇ ਦਾ ਸੀਗਾ? ਨਹੀਂ ਮੈਨੂੰ ਨਹੀਂ ਪਤਾ ਸਰ, ਬੱਚਾ ਕੈਨੇਡਾ ਆ ਕੇ ਹੋਇਆ, ਇਹਨੇ ਮੈਨੂੰ ਫੋਨ ਕੀਤਾ, ਇਹ ਮੇਰਾ ਆਲਰੇਡੀ ਵਿਆਹ ਹੋ ਗਿਆ ਸੀ ਇੱਥੇ, ਇਹਨੇ ਮੈਨੂੰ ਚੰਡੀਗੜ੍ਹ ਜਾਣ ਤੋਂ ਬਾਅਦ ਫੋਨ ਕਰਨਾ ਬੰਦ ਕਰਤਾ ਸੀ। ਮੈਨੂੰ ਕੈਨੇਡਾ ਤੋਂ ਫੋਨ ਆਇਆ, ਕਹਿੰਦੀ ਤੇਰਾ ਬੱਚਾ ਮੇਰੇ ਕੋਲੇ, ਤੇ ਮੈਂ 6 ਮੰਥ ਪ੍ਰੈਗਨੈਂਟ ਆ, ਤੇ ਇਹੀ ਗੱਲ ਇਹਨੇ ਇੱਕ ਹੋਰ ਮੁੰਡੇ ਨੂੰ ਵੀ ਕਹੀ ਸੀ, ਉਹ ਨਾਂ ਹੈਗਾ ਨਵਰੂਪ ਸਿੰਘ, ਕੈਨੇਡਾ ਰਹਿੰਦਾ ਮੁੰਡਾ। ਨਹੀਂ ਹਰਜਿੰਦਰ, ਜਦੋਂ ਇਹ ਕੈਨੇਡਾ ਗਈ ਆ ਉਦੋਂ ਇਹ ਤੇਰੇ ਨਾਲ ਵਿਆਹ ਕਰਾ ਗਈ ਸੀਗੀ ਜਾਂ ਉਂਝੇ ਗਏ ਮਤਲਬ ਗਈ ਆ? ਨਹੀਂ ਨਹੀਂ ਸਰ, ਮੇਰੇ ਨਾਲ ਤਾਂ ਉਹਦੀ ਸੰਬੰਧ ਟੁੱਟ ਗਿਆ ਸੀ ਜਦੋਂ ਇਹ ਮੇਰੀ ਭੈਣ ਦੀ ਅਕੈਡਮੀ ਛੱਡ ਕੇ ਪਲੱਸ ਟੂ ਕਰਨ ਤੋਂ ਬਾਅਦ ਇਹ ਆਇਲਸ ਕਰਨ ਚਲੀ ਗਈ ਸੀ ਨਾ ਸਰ। ਆਈ ਸੀ। ਤੇ ਜਦੋਂ ਬੱਚਾ ਹੋਇਆ 6 ਮਹੀਨੇ ਦਾ, ਤੁਸੀਂ ਸਦੱਸੋ ਤੁਹਾਡੇ ਰਿਲੇਸ਼ਨ ਜਿਹੜੇ ਬਣਨੇ ਸ਼ੁਰੂ ਹੋ ਗਏ ਸੀਗੇ? ਹਾਂਜੀ, ਇੱਕ ਦੋ ਵਾਰੀ ਮੈਂ ਉਹਨੂੰ ਚੰਡੀਗੜ੍ਹ ਮਿਲਿਆ, ਸਿਰਫ ਇੱਕ ਦੋ ਵਾਰੀ ਸਰ, 90 ਵਾਰ ਮੈਂ ਉਹਨੂੰ ਚੰਡੀਗੜ੍ਹ ਮਿਲਿਆ। ਕਿੱਥੇ ਮਿਲੇ ਆ ਤੁਸੀਂ? ਰਿਲੇਸ਼ਨ ਕਿੱਥੇ ਬਿਲਟ ਕੀਤੇ ਪਹਿਲੀ ਵਾਰੀ? ਹਾਂਜੀ ਪਹਿਲੀ ਵਾਰੀ ਰੂਮ ਸੀ, ਮੈਨੂੰ ਨੀ ਪਤਾ ਉਹ ਕੀ ਸੀ, ਹੋਟਲ ਸੀ ਕਿ ਕੀ ਸੀ, ਮੈਨੂੰ ਚੰਡੀਗੜ੍ਹ ਦਾ ਪਤਾ ਨਹੀਂ ਸੀ, ਇਹ ਲੈ ਕੇ ਗਈ ਸੀ, ਉੱਥੇ ਰਹਿੰਦੀ ਹੁੰਦੀ ਸੀ। ਤੇ ਤੁਸੀਂ ਉਦੋਂ ਫਿਰ ਰਿਲੇਸ਼ਨ ਬਣਾਏ ਆ, ਤਾਂ ਉਦੋਂ ਫਿਰ ਤੁਹਾਡੀ ਜਿਹੜੀ ਵਾਈਫ ਗਈ ਆ ਉਦੋਂ ਅਨਮੈਰਿਡ ਗਈ ਆ ਕੈਨੇਡਾ ਨੂੰ, ਤਾਂ ਫਿਰ ਜਿਸ ਕਰਕੇ ਫਿਰ ਮੁੜ ਕੇ ਫਿਰ ਆਈ ਆ, ਤਾਂ ਜਦੋਂ ਲਾਮਾ ਲਈਆਂ ਉਦੋਂ ਬੱਚਾ ਸੀ 6 ਮਹੀਨੇ ਦਾ ਪੇਟ ਵਿੱਚ? ਨਹੀਂ ਸਰ, ਉਦੋਂ ਤਾਂ ਬੱਚਾ ਸਾਲ ਦਾ ਸੀਗਾ ਜੀ ਜਦੋਂ ਲਾਮਾ ਲਿੱਤੀਆਂ। ਨਹੀਂ ਨਹੀਂ, ਸਾਲ ਦਾ ਬੱਚਾ ਮਤਲਬ ਵਿਆਹ ਤੋਂ ਪਹਿਲਾਂ ਬੱਚਾ ਡਿਲੀਵਰ ਹੋ ਗਿਆ ਸੀਗਾ? ਹਾਂਜੀ ਵਿਆਹ ਤੋਂ ਪਹਿਲਾਂ ਡਿਲੀਵਰ ਹੋ ਗਿਆ ਸੀ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਇਹ ਚਲੀ ਗਈ ਨਾ ਮੇਰੀ ਭੈਣ ਕੋਲੋਂ ਆਇਲਸ ਕਰਕੇ। ਬੱਚੇ ਡਿਲੀਵਰੀ ਕਿੱਥੇ ਹੋਈ? ਕੈਨੇਡਾ ਵਿੱਚ ਹੋਈ? ਕੈਨੇਡਾ ਚ ਹੋਈ ਸੀ ਜੀ, ਕੈਨੇਡਾ ਚ ਹੋਈ ਸੀ, ਮੈਨੂੰ ਐਵੇਂ ਵੀ ਨੀ ਪਤਾ, ਮੈਨੂੰ 6 ਮਹੀਨੇ ਇਹਨੇ ਮਿਲੀ ਵੀ ਨਹੀਂ ਸੀ ਜਦੋਂ ਬੱਚੇ ਦੀ, ਇਹਦੇ ਮੈਨੂੰ ਫੋਨ ਆਇਆ, ਮੈਨੂੰ ਮਿਲੀ ਵੀ ਨਹੀਂ ਸੀ, ਮੈਂ ਆਪ ਸ਼ੋਪ ਸੀ ਵੀ ਇਹਨੇ ਕਿਵੇਂ ਕਹਿਤਾ ਬੱਚਾ ਹੋਣ ਵਾਲਾ, ਮੈਨੂੰ ਕਿਵੇਂ ਕਹਿਤੀ ਇਹ ਗੱਲ, ਜਦਕਿ ਇਹ ਉਦੋਂ ਬਾਅਦ ਜਦੋਂ ਆਹ ਇੰਸੀਡੈਂਟ ਹੋਇਆ ਜੀ ਸ਼ੇਰਪੁਰ ਰਹਿਣ ਵਾਲਾ, ਉਦੋਂ ਬਾਅਦ ਇਹ 6 ਮਹੀਨੇ ਚੰਡੀਗੜ੍ਹ ਵੀ ਰਹੀ ਆ, ਚੰਡੀਗੜ੍ਹ ਮੈਂ ਇੱਕ ਦੋ ਵਾਰੀ ਮਿਲਿਆ ਜਸਟ ਇਹਨੂੰ। ਡਸਨਟ ਮੈਟਰ, ਤੁਸੀਂ ਤੁਹਾਡੇ ਮਤਲਬ ਤੁਹਾਡੇ ਸਰੀਰਕ ਸੰਬੰਧ ਬਣ ਗਏ ਸੀਗੇ? ਹਾਂਜੀ ਬਣੇ ਸੀ। ਕਿੰਨੀ ਵਾਰੀ ਬਣਾਏ ਸਰੀਰਕ ਸੰਬੰਧ ਤੁਸੀਂ? ਸਰ 2 ਵਾਰ। ਸਰ 2 ਵਾਰ ਬਣਾਏ, ਤਾਂ ਬੱਚਾ ਤੁਹਾਡਾ 1 ਸਾਲ ਦਾ ਹੋ ਗਿਆ ਕਿ ਨਹੀਂ? ਕਿੰਨੇ ਇੱਕ ਸਾਲ ਦਾ ਬੱਚਾ ਜਦੋਂ ਹੋਇਆ ਤਾਂ ਤੁਹਾਡੇ ਲਾਵਾਂ ਹੋਈਆਂ, ਤਾਂ ਬੱਚਾ ਕਿੱਥੇ ਸੀ ਉਸ ਵੇਲੇ ਲਾਵਾਂ ਵੇਲੇ? ਲਾਵਾਂ ਵੇਲੇ ਸਰ ਮੇਰੇ ਘਰੇ ਸੀਗਾ ਜੀ, ਪਿੰਡ ਆਪਣੇ ਗੁਆਂਢੀਆਂ ਦੇ ਜੀ। ਗੁਆਂਢੀਆਂ ਦੇ ਬੱਚਾ? ਬੱਚਾ ਗੁਆਂਢੀਆਂ ਦੇ ਆ, ਤਾਂ ਤੁਸੀਂ ਲਾਵਾਂ ਲੈ ਰਹੇ ਹੋ ਦੂਜੇ ਪਾਸੇ? ਹਾਂਜੀ। ਤੁਹਾਡੇ ਪਿੰਡ ਲੋਕਾਂ ਨੂੰ ਪਤਾ ਸੀਗਾ ਤੁਹਾਡਾ ਔਰ ਬੱਚਾ ਵੀ ਹੋਇਆ ਇੱਕ? ਨਹੀਂ ਸਰ, ਮੇਰੇ ਪਿੰਡ ਨਹੀਂ ਪਤਾ ਸੀਗਾ, ਇਹਦੇ ਪਿੰਡ ਵੀ ਨਹੀਂ ਪਤਾ ਸੀ ਐਕਚੁਅਲੀ, ਇਹਨੇ ਬੱਚਾ ਮੈਨੂੰ ਸਿਰਫ ਐਂ ਕਿਹਾ ਵੀ ਇਹਦੇ ਮਾਂ ਪਿਓ ਨੂੰ ਪਤਾ। ਮਾਫੀ ਚਾਹੂੰਗਾ, ਇੰਟਰਪਟ ਕਰਨ ਪਤਾ ਸੀਗਾ, ਇੰਟਰਪਟ ਕਰਨ ਦੇ ਲਈ ਮੈਂ ਮਾਫੀ ਚਾਹੂੰਗਾ। ਇਹ ਸਟੋਰੀ ਸਟਾਰਟ ਹੋਣ ਦੇ ਵੇਲੇ ਹੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿੱਥੋਂ ਆਪਾਂ ਸਿੱਖਿਆ ਲਈ ਹੋਵੇ ਉਹਦਾ ਇੱਜ਼ਤ ਕਰੀ ਦੀ ਆ, ਉਹਦਾ ਨਾਮ ਪੂਰਾ ਲਈਦਾ ਗਾ, ਪਰ ਇਹਨਾਂ ਦਾ ਕੋਈ ਕਸੂਰ ਨਹੀਂ। ਮੈਂ ਉਹ ਆਪਦੇ ਸ਼ਬਦ ਵਾਪਸ ਲੈਣਾ, ਕਿਉਂਕਿ ਇਹਨਾਂ ਦੇ ਨਾਂ ਦਾ ਕਾਲਜ ਦਾ ਨਾਂ ਰਣਜੀਤ ਸਿੰਘ ਨਹੀਂ, ਮਹਾਰਾਜਾ ਰਣਜੀਤ ਸਿੰਘ ਸੀਗਾ ਜੀ ਕਾਲਜ ਦਾ ਨਾਮ। ਬਾਕੀ ਇਹਨਾਂ ਦੀਆਂ ਗੱਲਾਂ ਸਾਰਾ ਕੁਝ ਦੱਸ ਹੀ ਰਹੀਆਂ ਜੀ ਕਿ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਕਿਉਂ ਸਕਿੱਪ ਕਰ ਗਏ ਸੀ। ਸੋ ਮੈਨੂੰ ਲੱਗਦਾ ਕਿ ਪਲੀਜ਼ ਮੇਰਾ ਵੀਰ ਥੋੜ੍ਹਾ ਜਿਹਾ ਸੱਭਿਆ ਕਿ ਆਪਾਂ ਰਹਿ ਲਈਏ, ਮੈਨੂੰ ਕਾਲਸ ਕਾਫੀ ਆ ਰਹੀਆਂ। ਸੋ ਨਹੀਂ ਆਪਾਂ ਸਟੋਰੀ ਤੁਹਾਡੀ ਵਾਈਂਡ ਅਪ ਕਰ ਦਿੰਦੇ ਹਾਂ ਜੀ ਥੋੜ੍ਹਾ ਜਿਹਾ। ਆਪਣੇ ਹਰਜਿੰਦਰ, ਤੇ ਜਦੋਂ ਤੁਹਾਡੇ ਲਾਮਾ ਹੋਈਆਂ ਤੁਹਾਡਾ ਬੱਚਾ ਜਿਹੜਾ ਆ ਉਹ ਤੁਹਾਡੇ ਕਿਸੇ ਪਿੰਡ ਦੇ ਵਿੱਚ ਗੁਆਂਢੀਆਂ ਦੇ ਰਿਹਾ?
देखो बेटा अरिंद बी ए की इंग्लिश का एक अखाण है मुहावरा के मदर इज श्योर फादर इज डाउट सो यू टेल मी तो समझ गए मैं मदर ही दस सकती है ना सर तुम ये कह रहे हो नहीं तुसी कहने दो बार तुसी रिलेशन बनाया यू शुड अंडरस्टैंड थोड़ा रिलेशन जो बनाया थोड़ा लगता कि तुसी आई डोंट आस्क यू नहीं सर मैं नहीं लगता बच्चा कंसीव होया हुआ क्योंकि मैं प्रोटेक्शन रिलेशन बनाया जिन्ने बार भी जो भी बनाया सर तो फिर बेबी किमें आ गया फिर नैने दो आ जी इन्होंने दोनों बच्चे पहले से गए नहीं सर बीजा बच्चा मैरिज तो बाद तो सर बच्चे का जो पहले बच्चे का महादरा के वर्ग आया पहले बच्चे का सर ये वर्ग ही है दूसरे का भी ये वर्ग ही है सर तेरा महादरा कोई नहीं इस बच्चे ते इधर वर्ग तो होंगे ही अनकाणू यार प्लीज हरिंदर तेरे जो बच्चे दोनों किसी के महादरा तेरे ते है ही नहीं गा नहीं सर ओ माय गॉड कम ऑन प्लीज प्ले दैट कुंगू बस अब कुंगू नहीं लाइक मेनू प्लीज डू इट जरा भी हो रहा लाइक की हो रही है जिंदगी की बड़ी अजीब किस्म स्टोरी असं लैके आए और एक बच्चा ता तो शोर है सैकंड बच्चा थोड़ा आया हाँ जी शोर डैम शोर है आई सी सो जो पहला बच्चा है वो डाउट है थोनू डाउट क्लियर कर ली कुछ स्टेप लिया बोलते अंबेसी तो तुसी परमिशन लेके डीएनए टेस्ट लाओ अच्छा सर हां बच्ची हां कैनेडियन अंबेसी तो मैं असि लोकां नु पुछदे हां कि ए थानु कुछ सिस्टम है कोई ओदे मुताबिक तुसी डीएनए टेस्ट ले सकदे हो आ फिर पता लगू कोई बच्चा केदा आया अगर बच्चा छड गई है शी इन ट्रबल हां इन ट्रबल आ गई बच्चा कैनेडियन है छड के गई है ए दोने बच्चे दे पासपोर्ट नहीं आया हां जी मैं करा लेना सारा कुछ करा लेना
ਉਹ ਟ੍ਰਿਪਲ ਐਚ ਨਹੀਂ ਆਉਂਦੀ ਸਰ, ਸਾਰਾ ਕੁਛ ਉਹਨੇ ਕੈਨੇਡਾ ਚ ਉਹਨੇ ਰਿਫਿਊਜੀ ਵੀ ਲਵਾਇਆ ਸੀ, ਸਾਰਾ ਕੁਛ ਕਢਾ ਕੇ ਦੁਬਾਰਾ ਗਈ ਹੈ ਸਰ। ਲੜਕੀ ਲੜਕੀ ਦੇ ਫਾਦਰ ਸਾਹਿਬ ਲਾਈਨ ਤੇ ਆ ਚੁੱਕੇ ਨੇ ਜੀ, ਹਰਮਨਦੀਪ ਕੌਰ ਦੇ ਫਾਦਰ ਸਾਹਿਬ ਲਾਈਨ ਤੇ ਨੇ, ਨਾਮ ਦੀ ਪੁਸ਼ਟੀ ਉਹ ਖੁਦ ਕਰਨਗੇ, ਸੋ ਗੱਲ ਕਰ ਲਈ ਜਾਵੇ ਜੀ। ਹਰਮਨਦੀਪ ਹਰਜਿੰਦਰ, ਤੁਸੀਂ ਅੰਬੈਸਡਰ ਤਾਲਮੇਲ ਕਰੋ ਤਾਂ ਆਪਣਾ ਡੀਐਨਏ ਟੈਸਟ ਫੋਰ ਲਾਓ ਬੱਚੇ ਦਾ, ਤੁਸੀਂ ਆਪਣਾ ਕਿ ਬੱਚਾ ਤੁਹਾਡਾ ਆ। ਅਗਰ ਬੱਚਾ ਤੁਹਾਡਾ ਨਹੀਂ ਹੈ ਤਾਂ ਤੁਸੀਂ ਕਾਨੂੰਨ ਦੇ ਮੁਤਾਬਕ ਅੰਬੈਸੀ ਨੂੰ ਬੱਚਾ ਹੈਂਡਓਵਰ ਕਰੋ, ਕਿ ਤੁਸੀਂ ਬੱਚਾ ਰੱਖ ਨਹੀਂ ਸਕਦੇ। ਇਹ ਕੋਈ ਅੱਧੇ ਘੰਟੇ ਮਤਲਬ 10-15 ਦਿਨ ਦੀ ਖੇਡ ਹੈ, ਔਰ 15 ਦਿਨ ਦੇ ਵਿੱਚ ਤੁਹਾਡਾ ਡੀਐਨਏ ਟੈਸਟ ਹੋ ਜਾਣਾ ਬੱਚਾ ਤੁਹਾਡਾ ਜਾਂ ਨਹੀਂ। ਅਗਰ ਬੱਚਾ ਤੁਹਾਡਾ ਨਹੀਂ ਹੋਇਆ, ਸ਼ੀ ਵਿਲ ਬੀ ਇਨ ਟ੍ਰਬਲ ਸਰ। ਸਰ ਇਹ ਕੈਨੇਡੀਅਨ ਬੱਚਾ ਹੈ, ਇਹ ਕੈਨੇਡਾ ਗਵਰਨਮੈਂਟ ਦਾ ਬੱਚਾ ਹੈ, ਜੇ ਤੁਸੀਂ ਨਹੀਂ ਸਾਂਭੋਗੇ। ਹਰਮਨਦੀਪ ਕੌਰ ਲਾਈਨ ਤੇ ਨੇ, ਹੀ ਹੈਗਾ ਉਹਦੇ ਫੋਨ ਜੈਂਟਲਮੈਨ। ਇਹ ਤੁਹਾਡੇ ਸਾਰੇ ਸਾਲ ਦਾ ਨਾਂ ਕੀ ਹੈ? ਬਲਵਿੰਦਰ ਸਿੰਘ ਸਰ, ਸਰਦਾਰ ਬਲਵਿੰਦਰ ਸਿੰਘ। ਬਲਵਿੰਦਰ ਸਿੰਘ, ਇਹਦਾ ਕਿਹੜਾ ਪਿੰਡ? ਇਹਨਾਂ ਚਮਕੌਰ ਕਿਹੜਾ ਪਿੰਡ ਹੈ? ਕੁੰਬੜਵਾਲ ਸਰ, ਸੰਗਰੂਰ ਜ਼ਿਲ੍ਹੇ ਚ। ਕੁੰਬੜਵਾਲ, ਹਾਂਜੀ ਸਰ। ਤੁਹਾਡੀ ਸੱਸ ਦਾ ਨਾਂ ਕੀ ਹੈ? ਸੱਸ ਦਾ ਨਾਮ ਸਰ ਪਰਮਜੀਤ ਕੌਰ। ਤੇਰੇ ਸਾਲੇ ਕਿੰਨੇ ਨੇ? ਇੱਕ ਹੀ ਹੈ ਸਰ। ਵੱਡਾ ਛੋਟਾ? ਛੋਟਾ ਸਰ। ਕਿੰਨੀ ਉਮਰ ਹੈ? ਵੱਡੀ ਸੀ। ਉਹਦੀ ਕਿੰਨੀ ਉਮਰ ਹੈ? ਮੈਨੂੰ ਐਕਚੁਅਲੀ ਕਰੈਕਟ ਤਾਂ ਨਹੀਂ ਪਤਾ, ਪਰ ਉਹ ਹੁਣ 18-17 ਸਾਲਾਂ ਦਾ ਹੋਇਆ ਹੋਊਗਾ। ਓਕੇ, ਉਹ ਰਹਿਣ ਤੋਂ ਉਮਰ। ਓਕੇ, ਸੋ ਤੁਹਾਡੀ ਸਾਲੀ ਕੋਈ ਨਹੀਂ, ਇੱਕੋ ਇੱਕ ਵਾਈਫ ਹੈ ਤੁਹਾਡੀ। ਇਹਨਾਂ ਦਾ ਕਾਰੋਬਾਰ ਕੀ ਹੈ ਬਲਵਿੰਦਰ ਸਿੰਘ ਦਾ? ਖੇਤੀ ਕਰਦੇ ਨੇ? ਖੇਤੀ ਕਰਦੀ ਹੈ ਜੀ। ਅਮੀਰ ਹੈ ਜਾਂ ਗਰੀਬ ਹੈ? ਨਹੀਂ ਠੀਕ ਹੈ ਸਰ, ਮਤਲਬ ਇਹਨਾਂ ਨੇ ਕਹਿ ਸਕਦੇ ਕੋਈ ਦੋੜ ਦੂਧ ਲਿੱਤਾ ਸੀ, ਦੋੜ ਦੂਧ ਇਹਨਾਂ ਨੂੰ ਲਿਆ ਸੀਗਾ। ਤੁਸੀਂ ਜਦੋਂ ਵਿਆਹ ਕੀਤਾ ਕਿੰਨੇ ਕੁ ਲੋਕ ਆਏ ਸੀ ਵਿਆਹ ਦੇ ਤੁਹਾਡੇ ਤੇ? ਸਰ 300 ਬੰਦੇ ਸੀ, 50 ਬੰਦੇ ਸਾਡੇ ਵੱਲੋਂ ਸੀਗੇ, ਬਾਕੀ ਸਾਰੇ ਇਹਨਾਂ ਵੱਲੋਂ ਸੀਗੇ, ਸਾਰੇ ਪੈਸੇ ਸਾਡੇ ਸੀ, ਸਾਰਾ ਖਰਚਾ ਸਾਡਾ ਸੀ। ਉਹ ਮੈਂ ਤੁਹਾਨੂੰ ਇੱਕ ਇੱਕ ਖਰਚਾ ਦਿਖਾ ਸਕਦਾ। ਪਰ ਮੈਨੂੰ ਦੱਸ ਬੇਟਾ ਹਰਜਿੰਦਰ, ਤੂੰ ਕਿਉਂ ਇਹ ਆਪਣਾ ਕਾਲਾ ਮੂੰਹ ਕੀਤਾ? ਕਿਉਂ ਮੂੰਹ ਕਾਲਾ ਕੀਤਾ ਜਦ ਬੱਚਾ ਤੇਰਾ ਨਹੀਂ ਹੈ? ਤੂੰ ਵਿਆਹ ਕਿਉਂ ਕੀਤਾ? ਸਰ ਮੈਂ ਕੀ ਕਰ ਸਕਦਾ ਸੀ, ਮੈਨੂੰ ਕਹਿੰਦੀ ਮੈਂ ਇੱਥੇ ਆ ਕੇ ਮਰੂੰਗੀ, ਤੂੰ ਦੱਸ ਵੀ ਕਿ ਮੈਂ ਕਿਹਾ ਮੈਂ। ਓ ਮਾਈ ਗੋਡ, ਆਹ ਮਿੱਟੇ ਕੀ ਪਬਲਿਕ ਵੀ ਨਹੀਂ ਲਾਓ, ਸਮਾਂ ਜਿਹੜਾ ਆ ਬਹੁਤ ਘੱਟ।